ਹਰ ਬੱਚਾ ਇੱਕ ਬਹੁਤ ਅੱਛਾ ਪਰਫੋਰਮ ਕਰ ਸਕਦਾ ਹੈ ਅਗਰ ਉਹਨੂੰ ਖੁੱਲ੍ਹਾ ਛੱਡਿਆ ਜਾਏ, ਉਹਨੂੰ ਇੱਕ ਕੋਨਸੈਪਟ ਸਮਝਾ ਦਿਓ, ਉਹਨੂੰ ਕਹੋਗੇ ਕਿ ਇਹ ਕਰੋਗੇ ਤਾਂ ਇਹ ਹੋ ਜਾਏਗਾ। ਹੁਣ ਸਚਿਨ ਤੇਂਦੁਲਕਰ ਹਰ ਸ਼ੋਟ ਯਾਦ ਤਾਂ ਨਹੀਂ ਨਾ ਕਰ ਸਕਦਾ ਕਿ ਮੈਂ ਸਿਕਸਰ ਦਾ ਬੈਟ ਇੰਝ ਘੁਮਾਇਆ ਸੀ ਅਤੇ ਇੰਝ ਘੁਮਾਉਣਾ। ਉਹ ਉਹਨੂੰ ਇੱਕ ਟੈਕਨੀਕ ਸਿਖਾਤੀ, ਉਸ ਟੈਕਨੀਕ ਨੂੰ ਯੂਜ਼ ਕਰਕੇ ਹੀ ਬਿਕੇਮ ਦ ਵਰਲਡ ਕ੍ਰਿਕਟਰ। ਕਿ ਆਈਲਸ ਦੇ ਵਿੱਚ ਕੋਈ ਸਿਲੇਬਸ ਨਹੀਂ ਹੈ ਬੇਟਾ, ਆਈਲਸ ਦੇ ਵਿੱਚ ਮਿਸਗਾਈਡ ਨਾ ਹੋਵੋ, ਔਰ ਟੋਪ ਥਿੰਗ ਇਜ਼ ਕਿ ਡੋਂਟ ਟੇਕ ਆਈਲਸ ਐਜ਼ ਅ ਫੀਅਰ। ਪਿੰਡ ਦਾ ਬੱਚਾ ਬਹੁਤ ਇੰਟੈਲੀਜੈਂਟ ਹੈ, ਔਰ ਸਭ ਤੋਂ ਵੱਡੀ ਗੱਲ ਹੈ ਉਹ ਬੱਚਾ ਕਹਿਣਾ ਬੜੇ ਪਿਆਰ ਨਾਲ ਮੰਨਦਾ ਹੈ। ਉਹਨੂੰ ਕਹਿ ਦਿਓ ਕਿ ਬੇਟਾ ਇਸ ਤਰ੍ਹਾਂ ਕਰਨਾ ਹੀ, ਇਸ ਤਰ੍ਹਾਂ ਕਰਨਾ ਹੀ, ਉਹ ਜਿਸ ਤਰ੍ਹਾਂ ਚੱਲਦਾ ਹੈ ਉਸ ਤਰ੍ਹਾਂ ਉਹਦੇ ਰਿਜ਼ਲਟਸ ਆ ਜਾਂਦੇ ਹੈ। ਪਰ ਆਈਲਸ ਦੇ ਵਿੱਚ ਸਿਲੇਬਸ ਨਹੀਂ, ਆਈਲਸ ਦੇ ਵਿੱਚ ਕ੍ਰੀਏਟੀਵਿਟੀ ਹੈਗੀ ਹੈ ਕਿ ਅਗਰ ਮੈਂ ਇੱਕ ਚੀਜ਼ ਤੁਹਾਨੂੰ ਕਰਾਈ ਹੈ ਤਾਂ 10 ਚੀਜ਼ਾਂ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ। ਇਸ ਬੁੱਕ 'ਚ ਮੈਂ ਤੁਹਾਨੂੰ ਉਸ ਤਰ੍ਹਾਂ ਹੀ ਸਮਝਾਇਆ। ਅੱਜ ਕੱਲ੍ਹ ਦੇ ਯੁੱਗ ਵਿੱਚ ਹਰ ਕੋਈ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਉਹਦੇ ਵਾਸਤੇ ਆਈਲੈਟਸ ਦਾ ਕੋਰਸ ਕਰਨਾ ਜਿਹੜਾ ਹੈ ਬਹੁਤ ਜ਼ਰੂਰੀ ਹੈ, ਜਿਹੜਾ ਕਿ ਹਰ ਇੱਕ ਵਾਸਤੇ ਹੋਊਗਾ ਬਣਿਆ ਹੋਇਆ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਡਾਕਟਰ ਰੋਮਾ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ, ਜਿਹੜੀ ਕਿਤਾਬ ਦੇ ਵਿੱਚ ਆਈਲੈਟਸ ਦਾ ਕੋਰਸ ਜਿਹੜਾ ਹੈ ਉਹ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਹੁਣ ਜਿਹੜੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਜ਼ਿਆਦਾ ਮੁਸ਼ਕਿਲ ਅਸੀਂ ਕਹਿ ਸਕਦੇ ਹਾਂ ਕਿ ਨਹੀਂ ਹੈ। ਡਾਕਟਰ ਰੋਮਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਸਵਾਗਤ ਹੈ ਅਤੇ ਨਾਲੇ ਵਧਾਈ ਵੀ ਹੈ ਜੀ, ਇੱਕ ਕਿਤਾਬ ਲਿਖੀ ਬਹੁਤ ਵਧੀਆ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਮੈਮ। ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹਾਂਗੇ ਕਿ ਕਿਤਾਬ ਦੇ ਵਿੱਚ ਕੀ ਖਾਸ ਹੈ, ਕਿਸ ਤਰ੍ਹਾਂ ਅਸੀਂ ਆਪਣਾ ਜਿਹੜਾ ਕੋਰਸ ਪੂਰਾ ਕਰ ਸਕਦੇ ਹਾਂ। ਸਰ ਦੇਖੀਏ, ਸਭ ਤੋਂ ਪਹਿਲੇ ਤਾਂ ਆਈਲਸ ਦਾ ਨਾ ਕੋਈ ਕੋਰਸ ਹੈ ਨਾ ਕੋਈ ਸਿਲੇਬਸ ਹੈ, ਇਹ ਬੱਚੇ ਦੀ ਪ੍ਰੀਵੀਅਸ ਨੌਲੇਜ ਕੈਰੀ ਫੋਰਵਰਡ ਹੁੰਦੀ ਹੈ। ਬਟ ਇਹ ਬੁੱਕ ਦੇ ਵਿੱਚ ਮੈਂ ਬੱਚੇ ਨੂੰ ਇੱਕ ਬੜੇ ਯੂਜ਼ਰ ਫਰੈਂਡਲੀ ਤਰੀਕੇ ਦੇ ਨਾਲ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਈਲਸ ਕੋਈ ਹਵਾ ਨਹੀਂ ਹੈ, ਹਰ ਬੰਦਾ ਆਈਲਸ ਕਰ ਸਕਦਾ ਹੈ, ਹਰ ਬੱਚਾ ਆਈਲਸ ਕਰ ਸਕਦਾ ਹੈ, ਚਾਹੇ ਉਹ ਪਿੰਡ ਦਾ ਹੈ ਜਾਂ ਉਹ ਸ਼ਹਿਰ ਦਾ ਹੈ ਜਾਂ ਉਹ ਆਸਟ੍ਰੇਲੀਆ ਔਰ ਕੈਨੇਡਾ ਤੋਂ ਆਇਆ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸਿਰਫ ਸਾਡੀ ਇੱਕ ਫੋਕਸ ਹੋਣ ਦੀ ਬਹੁਤ ਜ਼ਰੂਰਤ ਹੈ ਔਰ ਡੈਡੀਕੇਸ਼ਨ ਦੀ ਜ਼ਰੂਰਤ ਹੈ। ਇਹ ਬੁੱਕ ਬਹੁਤ ਹੀ ਯੂਜ਼ਰ ਫਰੈਂਡਲੀ ਤਰੀਕੇ ਨਾਲ ਮੈਂ ਲਿਖੀ ਹੈ, ਜਿਹਦੇ ਵਿੱਚ ਮੈਂ ਹਰ ਪਾਰਟ ਨੂੰ ਸਮਝਾਇਆ ਕਿ ਅਗਰ ਸਪੋਜ਼ ਰੀਡਿੰਗਸ ਹੈ ਤਾਂ ਰੀਡਿੰਗ ਕਿੱਦਾਂ ਕਰਨੀ ਹੈ, ਉਹਦਾ ਆਨਸਰ ਕਿੱਥੇ ਹੈ ਔਰ ਉਹਦਾ ਆਨਸਰ ਲੱਭਣਾ ਕਿਸ ਤਰ੍ਹਾਂ ਤੁਸੀਂ। ਫਿਰ ਉਸ ਤੋਂ ਬਾਅਦ ਇਹਦੇ 'ਚ ਹਰ ਮੋਡਿਊਲ ਹੈ, ਈਵਨ ਲਿਸਨਿੰਗ ਤੱਕ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਮਝਾ ਕੇ ਕਰਾਇਆ ਕਿ ਲਿਸਨਿੰਗਸ ਦੇ ਜਿਹੜੇ ਆਨਸਰਸ ਹੈ ਗਲਤ ਕਿੱਦਾਂ ਕਰਦੇ ਹੋ। ਫਿਰ ਇਹ ਟਾਸਕ 2 ਹੈ ਜਿਹੜਾ ਕਿ ਰਾਈਟਿੰਗ ਦਾ ਮੋਡਿਊਲ ਹੈ, ਜਿਹਦੇ 'ਚ ਬੱਚੇ ਨੂੰ ਅਕਸਰ ਕੰਪਲੇਂਟ ਹੁੰਦੀ ਹੈ ਕਿ ਮੈਮ ਮੈਂ ਤਾਂ ਬਹੁਤ ਅੱਛਾ ਲਿਖ ਕੇ ਆਇਆ ਲੇਕਿਨ ਮੇਰੇ ਬੈਂਡ 5.5 ਆਏ ਹੈ। ਉਹ 5.5 ਬੈਂਡਸ ਆਉਣ ਦੇ ਕੀ ਰੀਜ਼ਨਸ ਹੈ, ਆਈ ਹੈਵ ਗਿਵਨ ਯੂ ਦੈਟ, ਕਿ ਬੱਚਾ ਇੱਕ ਸੈਟ ਆਫ ਵੋਕੈਬਲਰੀ ਯੂਜ਼ ਨਹੀਂ ਕਰ ਪਾਉਂਦਾ, ਬੱਚੇ ਕੋਲ ਉਸ ਟੋਪਿਕ ਦੇ ਬਾਰੇ ਸਫੀਸ਼ੀਐਂਟ ਇਨਫੋਰਮੇਸ਼ਨ ਨਹੀਂ ਹੈ, ਉਹ ਆਪਣੇ ਲੋਕਲ ਏਰੀਆ ਦੀ ਇਨਫੋਰਮੇਸ਼ਨ ਉਹਦੇ 'ਚ ਪਾਉਂਦਾ ਹੈ ਔਰ ਫਿਰ ਉਹ ਕਹਿੰਦਾ ਹੈ ਕਿ ਮੈਮ ਮੈਂ ਕੀ ਕਰਾਂ। ਸੋ ਬੱਚਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਰੱਟਾ ਵੱਜੇ ਅਤੇ ਅਸੀਂ ਰੱਟੇ ਦੇ ਸਿਰ ਦੇ ਉੱਤੇ ਗਾਂ ਪਹੁੰਚੀਏ, ਗਹਿਰਾਈ ਦੇ ਨਾਲ ਜਾਣਨਾ ਨਹੀਂ ਚਾਹੁੰਦੇ, ਪਰ ਲੱਗਦਾ ਹੈ ਕਿ ਕਿਤਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਪਾਈਆਂ ਵਾ, ਜੋ ਜੋ ਲਿਖਿਆ ਉਹਦੇ ਵਿੱਚ ਬੱਚੇ ਸਮਝ ਸਕਦੇ ਆ। ਸਰ ਜਦੋਂ ਵੀ ਬੱਚੇ ਨੂੰ ਤੁਸੀਂ ਰੱਟਾ ਮਾਰਨ ਵਾਸਤੇ ਕਹਿੰਦੇ ਹੋ, ਬੱਚੇ ਦੀ ਆਪਣੀ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ, ਉਹਦੀ ਕ੍ਰੀਏਟੀਵਿਟੀ ਜ਼ੀਰੋ ਹੋ ਜਾਂਦੀ ਹੈ। ਹਰ ਬੱਚਾ ਇੱਕ ਬਹੁਤ ਅੱਛਾ ਪਰਫੋਰਮ ਕਰ ਸਕਦਾ ਹੈ ਅਗਰ ਉਹਨੂੰ ਖੁੱਲ੍ਹਾ ਛੱਡਿਆ ਜਾਏ, ਉਹਨੂੰ ਇੱਕ ਕੋਨਸੈਪਟ ਸਮਝਾ ਦਿਓ, ਉਹਨੂੰ ਕਹੋਗੇ ਕਿ ਇਹ ਕਰੋਗੇ ਤਾਂ ਇਹ ਹੋ ਜਾਏਗਾ। ਜਿਸ ਤਰ੍ਹਾਂ ਅਸੀਂ ਮੈਂ ਪਹਿਲੇ ਵੀ ਇਗਜ਼ੈਂਪਲ ਦਿੱਤਾ ਕਿ 2+2 ਕਰਦੇ ਹੋ ਤੁਹਾਨੂੰ 4+4 ਵੀ ਕਰਨਾ ਆ ਜਾਂਦਾ ਹੈ। ਹੁਣ ਇਗਜ਼ਾਮ ਦੇ ਵਿੱਚ ਜਾਂ ਸਕੂਲ ਦੇ ਵਿੱਚ ਮੈਥਸ ਦੇ ਇੰਨੇ ਸਮਸ ਹੁੰਦੇ ਹੈ, ਬੱਚਾ ਹਰ ਸਮ ਯਾਦ ਥੋੜ੍ਹੀ ਕਰ ਸਕਦਾ, ਉਹਨੂੰ ਤਰੀਕਾ ਆਉਂਦਾ ਕਰਨ ਦਾ। ਇਹਦੇ ਵਿੱਚ ਵੀ ਇੱਕ ਤਰੀਕਾ ਹੈ, ਇੱਕ ਟੈਕਨੀਕ ਹੈ। ਹੁਣ ਸਚਿਨ ਤੇਂਦੁਲਕਰ ਹਰ ਸ਼ੋਟ ਯਾਦ ਤਾਂ ਨਹੀਂ ਨਾ ਕਰ ਸਕਦਾ ਕਿ ਮੈਂ ਸਿਕਸਰ ਦਾ ਬੈਟ ਇੰਝ ਘੁਮਾਇਆ ਸੀ ਅਤੇ ਇੰਝ ਘੁਮਾਉਣਾ। ਉਹ ਉਹਨੂੰ ਇੱਕ ਟੈਕਨੀਕ ਸਿਖਾਤੀ, ਉਸ ਟੈਕਨੀਕ ਨੂੰ ਯੂਜ਼ ਕਰਕੇ ਹੀ ਬਿਕੇਮ ਦ ਵਰਲਡ ਕ੍ਰਿਕਟਰ।
ਸਿਮਿਲਰ ਐਵਰੀ ਸਟੂਡੈਂਟ ਕੈਨ ਬੀ ਅ ਟੋਪਰ ਐਵਰੀ ਸਟੂਡੈਂਟ ਡੋਂਟ ਥਿੰਕ ਕਿ ਬੱਚਾ ਪਿੰਡ ਤੋਂ ਹੈ ਪਿੰਡ ਦਾ ਬੱਚਾ ਬਹੁਤ ਮਿਹਨਤੀ ਹੈ ਪਿੰਡ ਦਾ ਬੱਚਾ ਬਹੁਤ ਇੰਟੈਲੀਜੈਂਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਉਹ ਬੱਚਾ ਕਹਿਣਾ ਬੜੇ ਪਿਆਰ ਨਾਲ ਮੰਨਦਾ ਹੈ ਉਹਨੂੰ ਕਹਿ ਦਿਓ ਕਿ ਬੇਟਾ ਇਸ ਤਰ੍ਹਾਂ ਕਰਨਾ ਹੀ ਇਸ ਤਰ੍ਹਾਂ ਕਰਨਾ ਹੀ ਉਹ ਜਿਸ ਤਰ੍ਹਾਂ ਚੱਲਦਾ ਹੈ ਉਸ ਤਰ੍ਹਾਂ ਉਹਦੇ ਰਿਜ਼ਲਟਸ ਆ ਜਾਂਦੇ ਹੈ ਇਸ ਲਈ ਇਹ ਕੋਈ ਆਈ ਮੀਨ ਇਟਸ ਜਸਟ ਅ ਮਿਥ ਇੱਕ ਦਿਮਾਗ ਦੇ ਵਿੱਚ ਇੱਕ ਗਲਤ ਫਹਿਮੀ ਹੈ ਕਿ ਹਰ ਬੱਚਾ ਨਹੀਂ ਕਰ ਸਕਦਾ ਹਰ ਬੱਚਾ ਕਰ ਸਕਦਾ ਹੈ ਉਹਨੂੰ ਪੜ੍ਹਨ ਦਾ ਤਰੀਕਾ ਸਮਝਾਉਣਾ ਚਾਹੀਦਾ ਕਿ ਇਹ ਆਨਸਰ ਹੈ ਇਹਨੂੰ ਇਸ ਤਰ੍ਹਾਂ ਪੜ੍ਹ ਜਦੋਂ ਉਹਨੂੰ ਟੈਕਨੀਕ ਆ ਜਾਏਗੀ ਉਹ ਕਰ ਜਾਏਗਾ ਪਿੰਡ ਦੇ ਨੌਜਵਾਨ ਜ਼ਿਆਦਾ ਬਾਹਰ ਜਾਣ ਵਿੱਚ ਤਵੱਜੋ ਰੱਖਦੇ ਜ਼ਿਆਦਾਤਰ ਅਸੀਂ ਦੇਖਿਆ ਕਿ ਪਿੰਡ ਦੇ ਨੌਜਵਾਨ ਹੁੰਦੇ ਜਿਹੜੇ ਕਿ ਖੇਤੀਬਾੜੀ ਨਾਲ ਜੁੜੇ ਹੁੰਦੇ ਆ ਜਿਹਨਾਂ ਨੂੰ ਲੱਗਦਾ ਕਿ ਅਸੀਂ ਥੋੜ੍ਹੀ ਜ਼ਮੀਨ ਵੇਚਾਂਗੇ ਪੈਸੇ ਅਸੀਂ ਜ਼ਿਆਦਾ ਭਰ ਕੇ ਇਹ ਕੋਰਸ ਕਲੀਅਰ ਕਰ ਲਾਂਗੇ ਅਤੇ ਉਸ ਤੋਂ ਅਸੀਂ ਬਾਹਰ ਨਿਕਲ ਸਕਦੇ ਹਾਂ ਪਰ ਉਹਨਾਂ ਵਾਸਤੇ ਅਸੀਂ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਹਜ਼ਾਰਾਂ ਲੱਖਾਂ ਰੁਪਏ ਖਰਚਦੇ ਨੇ ਉਹ ਕਿਤਾਬ ਕਿੰਨੇ ਵਿੱਚ ਖਰੀਦ ਸਕਦੇ ਨੇ ਅਤੇ ਕਿੱਥੋਂ ਖਰੀਦ ਸਕਦੇ ਸਰ ਇਹ ਕਿਤਾਬ ਬਿਲਕੁਲ ਵੀ ਪ੍ਰੋਫਿਟ ਬਣਾਉਣ ਵਾਸਤੇ ਨਹੀਂ ਲਿਖੀ ਗਈ ਦਿਸ ਇਜ਼ ਜਸਟ ਫੋਰ 400 ਰੁਪੀਜ਼ ਐਂਡ ਇਟ ਇਜ਼ ਅਵੇਲੇਬਲ ਐਟ ਐਮਾਜ਼ੋਨ ਤੁਹਾਨੂੰ ਐਮਾਜ਼ੋਨ ਤੋਂ ਮਿਲ ਜਾਏਗੀ ਸਾਨੂੰ ਸਾਡੇ ਇੰਸਟੀਟਿਊਟ ਤੋਂ ਮਿਲ ਜਾਏਗੀ ਇਟ ਇਜ਼ ਨਥਿੰਗ ਐਸ ਸੱਚ ਕਿ ਬਹੁਤ ਇਹਦੀ ਸਕੇਸਿਟੀ ਹੈ ਜਾਂ ਬਹੁਤ ਇਹਦੀ ਅਸੀਂ ਘੱਟ ਪਾ ਕੇ ਅਤੇ ਇਹਨੂੰ 2000 'ਚ ਵੇਚ ਰਹੇ ਹਾਂ ਇਹ ਬਿਲਕੁਲ ਵੀ ਐਕਸਪੈਂਸਿਵ ਬੁੱਕ ਨਹੀਂ ਹੈ ਮੈਮ ਨੌਜਵਾਨਾਂ ਦੇ ਨਾਲ ਠੱਗੀਆਂ ਵੀ ਬੜੀ ਹੁੰਦੀਆਂ ਇਸ ਚੱਕਰ ਦੇ ਵਿੱਚ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਆ ਉਹ ਨੌਜਵਾਨ ਕਿਸ ਤਰ੍ਹਾਂ ਉਹਨਾਂ ਨੂੰ ਰਾਹ ਪਾਇਆ ਜਾਵੇ ਕਿਉਂਕਿ ਖਾਸ ਕਰਕੇ ਸਾਰਿਆਂ ਤੱਕ ਇਹ ਕਿਤਾਬ ਅਜੇ ਤੱਕ ਨਹੀਂ ਪਹੁੰਚ ਸਕੀ ਅਗਾਂਹ ਕੋਸ਼ਿਸ਼ ਸਾਡੀ ਕਿ ਸਾਰਿਆਂ ਤੱਕ ਕਿਤਾਬ ਪਹੁੰਚ ਸਕੇ ਪਰ ਠੱਗੀਆਂ ਦੇ ਸ਼ਿਕਾਰ ਬੜੇ ਹੁੰਦੇ ਨੌਜਵਾਨ ਸਰ ਕਿਤਾਬ ਪਹੁੰਚੇ ਨਾ ਪਹੁੰਚੇ ਇੱਕ ਮੈਸੇਜ ਤਾਂ ਜਾ ਹੀ ਸਕਦਾ ਹੈ ਹਰ ਬੱਚਾ ਜਿਹੜਾ ਬਹੁਤ ਇੰਟੈਲੀਜੈਂਟ ਹੈ ਸਿਰਫ ਇੰਨਾ ਹੈ ਕਿ ਉਹ ਇੱਕ ਦੇ ਮਗਰ ਇੱਕ ਲੱਗਾ ਹੈ ਉਹਨੂੰ ਇੰਨਾ ਤਾਂ ਸੋਚਣਾ ਚਾਹੀਦਾ ਕਿ ਮੈਂ ਜਿਹਦੇ ਕੋਲੋਂ ਪੜ੍ਹ ਰਿਹਾ ਐਟਲੀਸਟ ਉਹਦੀ ਕੁਆਲੀਫਿਕੇਸ਼ਨ ਕੀ ਹੈ ਉਹ ਜਿਹਦੇ ਕੋਲੋਂ ਪੜ੍ਹ ਰਿਹਾ ਕਿਆ ਉਹ ਕੇਪੇਬਲ ਹੈ ਮੇਰੇ ਵੀ ਬੈਂਡਸ ਲਿਆ ਕੇ ਦੇ ਦੇਵੇ ਅਗਰ ਟੀਚਰ ਬੱਚੇ ਦੀ ਗਲਤੀ ਉਹ ਨਹੀਂ ਲੱਭ ਪਾਉਂਦਾ ਤਾਂ ਉਹ ਤਾਂ ਆਪੇ ਹੀ ਮਿਸਗਾਈਡ ਹੋ ਜਾਏਗਾ ਉਹ ਗਲਤ ਰਾਹ 'ਤੇ ਚੱਲੇਗਾ ਬੱਚਾ ਅਤੇ ਬੱਚੇ ਨੂੰ ਸਿਰਫ ਇੱਕ ਚੀਜ਼ ਆਈਲਸ ਕਰਨ ਤੋਂ ਪਹਿਲੇ ਸੋਚਣੀ ਬਹੁਤ ਜ਼ਰੂਰੀ ਹੈ ਕਿ ਮੈਂ ਜਿਹਦੇ ਨਾਲ ਕੋਲੋਂ ਆਈਲਸ ਕਰ ਰਿਹਾ ਕਿਆ ਇਹ ਬੰਦਾ ਕੇਪੇਬਲ ਹੈ ਜਿਸ ਡਾਕਟਰ ਕੋਲ ਮੈਂ ਜਾ ਰਹੀ ਹਾਂ ਕਿਆ ਉਹ ਡਾਕਟਰ ਮੇਰਾ ਆਪਰੇਸ਼ਨ ਕਰ ਸਕਦਾ ਹੈ ਜਾਂ ਉਹ ਡਾਕਟਰ ਮੈਂ ਜਾਵਾਂਗੀ ਹਾਰਟ ਦਾ ਆਪਰੇਸ਼ਨ ਕਰਾਉਣ ਅਤੇ ਉਹ ਮੈਨੂੰ ਕਹਿ ਦੇਗਾ ਨਹੀਂ ਮੈਡਮ ਤੁਸੀਂ ਹੋਮਿਓਪੈਥੀ ਖਾ ਲਓ ਠੀਕ ਹੋ ਜਾਓਗੇ ਸੋ ਇਜ਼ ਇਟ ਨੋਟ ਆਈ ਮੀਨ ਸੈਂਸੇਬਲ ਇਨਫ ਐਨੀ ਸੈਂਸ ਹਰ ਬੱਚੇ ਨੂੰ ਹੋਣੀ ਚਾਹੀਦੀ ਹੈ ਇਹ ਕਿਸੇ ਕਿਤਾਬ 'ਚ ਨਹੀਂ ਲਿਖਿਆ ਆ ਕਿ ਤੁਸੀਂ ਇੱਕ ਦੇ ਮਗਰ ਇੱਕ ਲੱਗ ਕੇ ਅਤੇ ਆਪਣੀ ਜ਼ਿੰਦਗੀ ਖਰਾਬ ਕਰ ਲਓ ਸਭ ਤੋਂ ਪਹਿਲੀ ਗੱਲ ਕਿ ਆਈਲਸ ਦੇ ਵਿੱਚ ਕੋਈ ਸਿਲੇਬਸ ਨਹੀਂ ਹੈ ਬੇਟਾ ਆਈਲਸ ਦੇ ਵਿੱਚ ਮਿਸਗਾਈਡ ਨਾ ਹੋਵੋ ਔਰ ਟੋਪ ਥਿੰਗ ਇਜ਼ ਕਿ ਡੋਂਟ ਟੇਕ ਆਈਲਸ ਐਜ਼ ਅ ਫੀਅਰ ਵੈਨ ਯੂ ਵਿਲ ਓਵਰਕਮ ਦ ਫੀਅਰ ਦ ਸਕਸੈਸ ਇਜ਼ ਗੋਇੰਗ ਟੂ ਬੀ ਐਟ ਯੋਰ ਡੋਰ ਸਟੈਪ ਸਕਸੈਸ ਤੁਹਾਡੇ ਕੋਲ ਆਏਗਾ ਖੁਦ ਆਏਗਾ ਸਿਰਫ ਡਰੋ ਨਾ ਕੁਛ ਨਹੀਂ ਹੈ ਮੈਮ ਕਿਤਾਬ ਬਾਰੇ ਦੱਸਿਆ ਤੁਸੀਂ ਸਾਰੀ ਜਾਣਕਾਰੀ ਦਿੱਤੀ ਹੈ ਨੌਜਵਾਨ ਜਿਹੜੇ ਨੇ ਵਾਕਿਆ ਜਿਹੜੇ ਦੇਖ ਰਹੇ ਦਰਸ਼ਕ ਸਾਡੇ ਉਹ ਚਾਹੁੰਦੇ ਨੇ ਕਿ ਕਿਤਾਬ ਸਾਡੇ ਤੱਕ ਪਹੁੰਚੇ ਪਰ ਕਿਤਾਬ ਤੋਂ ਇਲਾਵਾ ਜੇ ਅਸੀਂ ਆਪਣੇ ਬਾਰੇ ਤੁਹਾਡੇ ਬਾਰੇ ਦੱਸੀਏ ਥੋੜ੍ਹੇ ਬਹੁਤ ਤੁਸੀਂ ਹੋਰ ਕਿਹੜੀ ਕਿਹੜੀ ਕਿਤਾਬਾਂ ਲਿਖ ਚੁੱਕੇ ਜੋ ਸਰ ਮੇਰਾ ਫੀਲਡ ਐਕਚੁਅਲੀ ਲਿਟਰੇਚਰ ਦਾ ਹੈ ਆਈਲਸ ਦੀ ਬੁੱਕ ਮੈਂ ਕਦੀ ਵੀ ਨਹੀਂ ਸੀ ਲਿਖਣੀ ਪਰ ਕਿੱਥੋਂ ਦਿਮਾਗ ਵਿੱਚ ਕਿਸ ਤਰ੍ਹਾਂ ਆਇਆ ਕਿ ਇੱਕ ਕੋਈ ਕਈ ਵਾਰੀ ਹੁੰਦਾ ਕਿ ਕੁਛ ਬੱਚਿਆਂ ਦੀਆਂ ਪ੍ਰੋਬਲਮਾਂ ਦੇਖ ਕੇ ਫਿਰ ਅਗਾਂਹ ਕਦਮ ਚੁੱਕਿਆ ਜਾਂਦਾ ਕਿ ਮੈਂ ਕੁਛ ਇਸ ਤਰ੍ਹਾਂ ਦਾ ਕਰਾਂ ਜਿਹਦੇ ਨਾਲ ਬੱਚੇ ਜਿਹੜੇ ਗਲਤ ਮਿਸਗਾਈਡ ਹੁੰਦੇ ਪਏ ਨੇ ਸਰ ਮੈਂ ਆਈਲਸ ਦੀ ਬੁੱਕ ਕਦੀ ਵੀ ਨਹੀਂ ਸੀ ਲਿਖਣੀ ਪੰਜਾਬ ਦੇ ਵਿੱਚ ਰਹਿੰਦੇ ਆਇਆ ਪੰਜਾਬੀ ਹੁੰਦੇ ਆਇਆ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਬਹੁਤ ਆਈ ਕਿ ਬੱਚੇ ਵਿਚਾਰੇ ਬਹੁਤ ਪੇਨ 'ਚ ਹੈ ਬੱਚੇ ਵੀ ਤਕਲੀਫ 'ਚ ਹੈ ਔਰ ਉਹਨਾਂ ਦੇ ਪੇਰੈਂਟਸ ਉਸ ਤੋਂ ਜ਼ਿਆਦਾ ਤਕਲੀਫ 'ਚ ਹੈ ਕਿ ਇੰਨਾ ਇੰਨਾ ਪੈਸਾ ਖਰਚ ਕਰ ਰਹੇ ਹੈ ਮਿਸਗਾਈਡ ਹੋ ਰਹੇ ਹੈ ਔਰ ਇੱਕ ਆਇਲਸ ਦੇ ਉੱਪਰ ਉਹ ਲੱਖਾਂ ਰੁਪਏ ਖਰਚ ਦਿੰਦੇ ਹੈ ਜਿਹੜਾ ਕਿ ਕੋਰਸ ਹੀ ਨਹੀਂ ਇੰਨਾ ਮਹਿੰਗਾ ਗਾ ਇਹ ਤਾਂ ਬਿਲਕੁਲ ਵੀ ਐਕਸਪੈਂਸਿਵ ਨਹੀਂ ਗਾ ਇਹ ਸਾਰੀ ਚੀਜ਼ਾਂ ਜਦੋਂ ਮੈਂ ਉਹਨਾਂ ਨੂੰ ਬਹੁਤ ਪੇਨ 'ਚ ਦੇਖਿਆ ਨਾ ਫਿਰ ਮੈਂ ਕਿਹਾ ਹੋਰ ਕੁਛ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਨਾ ਤਾਂ ਕੋਈ ਡਰੱਗ ਐਡਿਕਸ਼ਨ ਦੇ ਵਿੱਚ ਕੁਛ ਮਦਦ ਕਰ ਸਕਦੀ ਹਾਂ ਨਾ ਕੁਛ ਕਰ ਸਕਦੀ ਹਾਂ ਮੇਰੇ ਕੋਲ ਜੋ ਹੈ
ਉਹ ਮੇਰੇ ਕੋਲ ਗਿਆਨ ਹੈ ਔਰ ਮੇਰਾ ਦਿਲ ਕੀਤਾ ਕਿ ਨਹੀਂ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ, ਮੈਨੂੰ ਐਜ਼ ਇਟ ਇਜ਼ ਦੱਸ ਦੇਣਾ ਚਾਹੀਦਾ ਕਿ ਬੇਟਾ ਇਹ ਮੁਸ਼ਕਿਲ ਨਹੀਂ ਜਾਏਗਾ, ਤੁਸੀਂ ਮਿਸਗਾਈਡ ਹੋ ਰਹੇ ਹੋ। ਮੈਨੂੰ ਪਤਾ ਮੇਰਾ ਇਹ ਮੈਸੇਜ ਸਪਰੈਡ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਮਿਸਗਾਈਡ ਕਰਨ ਵਾਲੇ ਮੇਰੇ ਤੋਂ ਬਹੁਤ ਸਟਰੋਂਗ ਹੈ, ਬਹੁਤ ਸਟਰੋਂਗ ਲੋਕ ਹੈਗੇ, ਇੱਕ ਲੋਬੀ ਹੈ ਬਹੁਤ ਸਟਰੋਂਗ ਹੈ, ਉਹ ਜਦ ਤੱਕ ਬੱਚੇ ਨੂੰ ਡਰਾਉਂਦੇ ਨਹੀਂ ਬੱਚਾ ਜੇਬ 'ਚੋਂ ਪੈਸੇ ਨਹੀਂ ਕੱਢਦਾ। ਔਰ ਮੈਂ ਬੱਚੇ ਨੂੰ ਕਹਿ ਰਹੀ ਹਾਂ ਡਰਨ ਦੀ ਜ਼ਰੂਰਤ ਹੀ ਨਹੀਂ ਹੈ, ਬਿਲਕੁਲ ਜ਼ਰੂਰਤ ਨਹੀਂ ਹੈ, ਤੁਸੀਂ ਕਰ ਸਕਦੇ ਹੋ ਆਇਲਸ। ਔਰ ਦੂਸਰੀ ਚੀਜ਼, ਇੱਕ ਟੈਸਟ ਦਿੰਦਾ ਬੱਚਾ, ਏਜੰਟ ਉਹਨੂੰ ਕਹਿੰਦਾ ਨਾਲ ਹੀ ਦੂਸਰਾ ਭਰ ਦੇ, ਬਿਨਾਂ ਇਲਾਜ ਕੀਤਿਆਂ ਬਿਨਾਂ ਠੀਕ ਹੋਇਆ ਕਿਆ ਤੁਸੀਂ ਦੁਬਾਰਾ ਮੈਰਾਥਨ 'ਚ ਦੌੜਨ ਜੋਗੇ ਹੈਗੇ ਹੋ? ਪਹਿਲੇ ਆਪਣੀ ਗਲਤੀ ਕਰੈਕਟ ਕਰ ਲਈਏ ਫਿਰ ਅੱਗੇ ਚੱਲੀਏ। ਐਂਡ ਮਾਈ ਸਟਰੋਂਗ ਮੈਸੇਜ ਟੂ ਮਾਈ ਪੰਜਾਬੀ ਚਿਲਡਰਨ ਇਜ਼ ਕਿ ਪਲੀਜ਼ ਕਿਸੇ ਦੇ ਮਗਰ ਨਾ ਲੱਗੋ, ਮਿਸਗਾਈਡ ਨਾ ਹੋਵੋ। ਆਇਲਸ ਦੇ ਵਿੱਚ ਸਿਲੇਬਸ ਨਹੀਂ, ਆਇਲਸ ਦੇ ਵਿੱਚ ਕ੍ਰੀਏਟੀਵਿਟੀ ਹੈਗੀ ਹੈ ਕਿ ਅਗਰ ਮੈਂ ਇੱਕ ਚੀਜ਼ ਤੁਹਾਨੂੰ ਕਰਾਈ ਹੈ ਤਾਂ 10 ਚੀਜ਼ਾਂ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ। ਇਸ ਬੁੱਕ 'ਚ ਮੈਂ ਤੁਹਾਨੂੰ ਉਸ ਤਰ੍ਹਾਂ ਹੀ ਸਮਝਾਇਆ ਕਿ ਇਹ ਮੈਂ ਇੱਕ ਸੋਲਵ ਕਰਤਾ, ਇਹ 10 ਕਿਊ ਕਾਰਡਸ ਹੈ, ਹੁਣ ਤੁਸੀਂ ਖੁਦ ਕਰੋ। ਔਰ ਉਹ ਬੱਚਾ ਕਰਦਾ ਹੈ। ਪਹਿਲਾਂ ਤਾਂ ਆਈਲੈਕਸ ਦੇ ਨਾਂ ਦੇ ਉੱਤੇ ਠੱਗੀਆਂ ਵੱਜਦੀਆਂ ਨੌਜਵਾਨਾਂ ਦੇ ਨਾਲ, ਹੁਣ ਤੁਸੀਂ ਕਿਤਾਬ ਇੱਕ ਸਾਹਮਣੇ ਪੇਸ਼ ਕਰ ਦਿੱਤੀ ਹੈ ਮਾਰਕੀਟ ਦੇ ਵਿੱਚ, ਚਾਹੇ ਤੁਸੀਂ ਨਹੀਂ ਹਰ ਇੱਕ ਡੀਲਰ ਨੂੰ ਦਿੱਤੀ, ਤੁਸੀਂ ਆਪਣੇ ਥਰੂ ਦੇ ਰਹੇ ਜੇ, ਅਤੇ ਲੋਕ ਜਿਹੜੇ ਨੇ ਇਹਦੇ ਉੱਤੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਨੌਜਵਾਨਾਂ ਦੇ ਨਾਲ, ਕਿਉਂਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਏਗਾ। ਅਸੀਂ ਕਲੀਅਰ ਤਰੀਕਾ ਵੀ ਕਿਸ ਤਰੀਕੇ ਦੇ ਨਾਲ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਹ ਕਿਤਾਬ ਨੌਜਵਾਨਾਂ ਤੱਕ ਪਹੁੰਚ ਜਾਏਗੀ, ਨਾਲੇ ਨੈੱਟ ਉੱਤੇ ਜੇ ਪਾਣੀ ਚਾਹੇ, ਕਿਉਂਕਿ ਇੱਕ ਰਸਤਾ ਜਿਹੜਾ ਚੁਣਿਆ ਹੁੰਦਾ ਜ਼ਿਆਦਾਤਰ ਨੈੱਟ ਜ਼ਿਆਦਾ ਯੂਜ਼ ਕਰਦੇ ਲੋਕ, ਤੁਸੀਂ ਨੈੱਟ ਉੱਤੇ ਵੀ ਨਹੀਂ ਸ਼ਾਇਦ ਪਾਈ ਹੈ ਕਿਤਾਬ, ਤੁਸੀਂ ਲਿਖੀ ਹੈ ਨੌਜਵਾਨਾਂ ਦੇ ਕੋਲ ਆਸਾਨ ਤਰੀਕੇ ਦੇ ਨਾਲ ਕਿਸ ਤਰ੍ਹਾਂ ਪਹੁੰਚਦੇ, ਬਿਲਕੁਲ ਆਸਾਨ। ਐਮਾਜ਼ੋਨ ਤੋਂ ਮਿਲ ਜਾਣੀ ਹੈ ਬੁੱਕ, ਬਿਲਕੁਲ ਵੀ ਮਹਿੰਗੀ ਲੈਣ ਦੀ ਜ਼ਰੂਰਤ ਨਹੀਂ, ਅਸੀਂ ਕਿਸੇ ਏਜੰਟ ਨੂੰ ਨਹੀਂ ਦਿੱਤੀ, ਸਾਡੇ ਕੋਈ ਬਹੁਤ ਜ਼ਿਆਦਾ ਬ੍ਰਾਂਚਿਸ ਨਹੀਂ ਗਈਆਂ ਅੰਮ੍ਰਿਤਸਰ 'ਚ, ਲੋਕਾਂ ਨੇ ਸਾਡੇ ਨਾਮ ਤੋਂ ਅਲੱਗ ਅਲੱਗ ਬ੍ਰਾਂਚਿਸ ਖੋਲੀਆਂ ਹੀ ਹੈ। ਔਰ ਜਾਂ ਤੁਸੀਂ ਸਾਡੇ ਇੰਸਟੀਟਿਊਟ ਆ ਕੇ ਰਣਜੀਤ ਐਵਨਿਊ ਆ ਕੇ ਬੁੱਕ ਲੈ ਸਕਦੇ ਹੋ, ਇਟ ਇਜ਼ ਨੋਟ ਡਿਫੀਕਲਟ, ਬਿਲਕੁਲ ਡਿਫੀਕਲਟ ਨਹੀਂ ਹੈ। ਬੁੱਕ ਪੜ੍ਹਨ ਦੇ ਬਾਅਦ ਵੀ ਤੁਹਾਨੂੰ ਡਿਫੀਕਲਟੀ ਆਏ, ਤੁਸੀਂ ਮੈਨੂੰ ਆ ਕੇ ਮਿਲੋ, ਮੈਂ ਸ਼ਹਿਰ ਛੋੜ ਕੇ ਨਹੀਂ ਜਾ ਰਹੀ, ਮੇਰਾ ਕੋਈ ਵੀਜ਼ਾ ਨਹੀਂ ਲੱਗਾ ਆ, ਆਮ ਵੈਰੀ ਹੈਪੀ ਇਨ ਮਾਈ ਕੰਟਰੀ ਐਂਡ ਆਮ ਆਲਵੇਜ਼ ਦੇਰ ਟੂ ਹੈਲਪ ਯੂ ਆਊਟ, ਤੁਸੀਂ ਆਓ ਆ ਕੇ ਮੇਰੇ ਨਾਲ ਡਿਸਕਸ ਕਰੋ, ਨੋਟ ਐਨ ਇਸ਼ੂ। ਮੈਮ ਕਿਤਾਬ ਤੋਂ ਇਲਾਵਾ ਜ਼ਿਆਦਾਤਰ ਨੈੱਟ ਦੇ ਉੱਤੇ ਹਰ ਚੀਜ਼ ਰਿਲੀਜ਼ ਕੀਤੀ ਜਾਂਦੀ ਹੈ, ਜਾਂ ਕਿਤਾਬ ਹੋ ਜਾਵੇ ਜਾਂ ਫਿਰ ਕੋਈ ਵੀ ਫਿਲਮ ਦਾ ਕੋਈ ਸ਼ੂਟ ਹੋ ਜਾਵੇ, ਜੋ ਮਰਜ਼ੀ ਅਸੀਂ ਲਗਾ ਸਕਦੇ ਹਾਂ, ਨੈੱਟ ਉੱਤੇ ਜ਼ਿਆਦਾ ਕੋਈ ਰਸਤਾ ਚੁਣਦੇ ਆ, ਤੁਸੀਂ ਕਿਤਾਬ ਚੁਣੀ ਹੈ? ਸਰ ਮੈਂ ਕਿਤਾਬ ਇਸ ਲਈ ਚੁਣੀ ਹੈ ਕਿ ਨੈੱਟ ਦੇ ਉੱਪਰ ਜਿਹੜਾ ਮਟੀਰੀਅਲ ਹੈ, ਮੈਂ ਹੁਣ ਸਮਝ ਨਹੀਂ ਆਉਂਦਾ ਕਿ ਵਾਟ ਸ਼ੁਡ ਆਈ ਸੇ, ਇਟ ਵਿਲ ਬੀ ਵੈਰੀ ਕੰਟਰੋਵਰਸ਼ਲ। ਨੈੱਟ ਦੇ ਉੱਤੇ ਜਿਹੜਾ ਮਟੀਰੀਅਲ ਹੈ, ਬੱਚਾ ਕਦੀ ਵੀ 6.5-7 ਬੈਂਡਸ ਨਹੀਂ ਲੈ ਕੇ ਜਾ ਸਕਦਾ, ਕਿਉਂਕਿ ਆਲਰੇਡੀ ਉਹਨਾਂ ਨੇ ਇੱਕ ਐਵਰੇਜ ਸਟੂਡੈਂਟ ਲਈ ਦਿੱਤਾ ਹੁੰਦਾ ਕਿ ਜਿਹਦੇ 4.5-5 ਬੈਂਡਸ ਆ ਜਾਣ, ਲੇਕਿਨ ਜਦੋਂ ਇੱਕ ਕੁਆਲਿਟੀ ਬੈਂਡਸ ਚਾਹੀਦੇ ਹੈ ਤਾਂ ਫਿਰ ਉਹਦੇ ਵਾਸਤੇ ਕੁਆਲਿਟੀ ਕੰਟੈਂਟ ਚਾਹੀਦਾ। ਔਰ ਬੁੱਕ ਇੱਕ ਐਸਾ ਰਾਗ ਹੈ ਕਿ ਬੱਚਾ ਜਦੋਂ ਪੜ੍ਹਦਾ ਤਾਂ ਨੋਟਸ ਵੀ ਨਾਲ ਨਾਲ ਬਣਾਉਂਦਾ, ਥੱਕਦਾ ਨਹੀਂ। ਇਹ ਸਾਡਾ ਟ੍ਰੈਡੀਸ਼ਨਲ ਤਰੀਕਾ ਹੈ, ਏਜ ਓਲਡ ਤਰੀਕਾ ਹੈ, ਬੜੇ ਪੁਰਾਣੇ ਜ਼ਮਾਨੇ ਤੋਂ ਚੱਲਿਆ ਆਇਆ ਤਰੀਕਾ ਹੈ, ਗੁਰੂਕੁਲ ਦੇ ਟਾਈਮ ਦਾ ਤਰੀਕਾ ਹੈ ਕਿ ਬੱਚਿਆਂ ਨੂੰ ਵੇਦਾਂ ਤੋਂ ਪੜ੍ਹਾਇਆ ਜਾਂਦਾ ਸੀ। ਅੱਜ ਵੀ ਬੁੱਕ ਤੋਂ ਪੜ੍ਹਨਾ ਕੋਈ ਗਲਤ ਨਹੀਂ ਹੈ, ਇਟ ਇਜ਼ ਰਾਈਟ। ਬੜੇ ਬੱਚੇ ਕਹਿੰਦੇ ਕੋਈ ਨਹੀਂ ਮੈਂ ਦੇਖ ਲਵਾਂਗਾ ਪੇਪਰ ਉੱਥੇ ਜਾ ਕੇ ਕੀ ਬੋਲਣਾ ਹੈ, ਬਟ ਆਈ ਐਮ ਵੈਰੀ ਸ਼ੋਰ ਕਿ ਉੱਥੇ ਜਾ ਕੇ ਉਹ ਕੁਛ ਨਹੀਂ ਬੋਲ ਪਾਉਂਦਾ। ਉਹਦੇ ਵਾਸਤੇ ਉਹਨੂੰ ਥੋੜ੍ਹੀ ਜਿਹੀ ਪਹਿਲੇ ਤਿਆਰੀ ਜ਼ਰੂਰ ਚਾਹੀਦੀ ਹੈ, ਪਤਾ ਹੋਣਾ ਚਾਹੀਦਾ ਫਰੇਮ ਆਫ ਮਾਈਂਡ 'ਚ ਕਿ ਮੈਨੂੰ ਇਹ ਪੇਪਰ ਆਉਣਾ ਅਤੇ ਮੈਂ ਇੱਦਾਂ ਅਟੈਂਪਟ ਕਰਨਾ ਹੈ। ਇਸੇ ਲਈ ਉਹ ਡਰ ਜਾਂਦਾ। ਰੈਗੂਲਰ ਫੇਲੀਅਰ ਜਿਹੜਾ ਨਾ, ਆਈ ਟੈਲ ਯੂ ਇਟ ਇਜ਼ ਅ ਸਾਈਨ ਆਫ ਡੀਮੋਟੀਵੇਸ਼ਨ। ਬੱਚਾ ਡੀਮੋਟੀਵੇਟ ਹੋ ਜਾਂਦਾ ਹੈ। ਇੱਕ ਮਾਸਟਰਸ ਦਾ ਸਟੂਡੈਂਟ ਅਗਰ 3 ਵਾਰੀ ਆਇਲਸ ਦੇ ਵਿੱਚ 5.5 ਬੈਂਡਸ ਲੈਂਦਾ ਤਾਂ ਉਹਨੂੰ ਆਪਣੀ ਡਿਗਰੀ 'ਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਕਿ +2 ਵਾਲਾ ਲੈ ਗਿਆ ਅਤੇ ਮੈਂ ਕੀ ਹਾਂ, ਮੇਰੇ ਬੈਂਡਸ ਨਹੀਂ ਆ ਸਕਦੇ। ਬੈਂਡਸ ਆ ਸਕਦੇ ਹੈ,
ਲੇਕਿਨ ਉਹਨੇ ਟੈਕਨੀਕ ਨਹੀਂ ਅਪਣਾਈ। ਅਗਰ ਉਹ ਟੈਕਨੀਕ ਅਪਣਾਏਗਾ ਤਾਂ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ, ਉਹ ਬੈਂਡਸ ਲੈ ਜਾਏਗਾ। ਬਹੁਤ ਸਰਲ ਤਰੀਕਾ ਹੈ ਐਂਡ ਇਟ ਇਜ਼ ਅ ਵੈਰੀ ਵੈਰੀ ਯੂਜ਼ਰ ਫਰੈਂਡਲੀ ਟੈਕਨੀਕ ਟੂ ਟੀਚ ਦ ਸਟੂਡੈਂਟਸ ਹਾਊ ਟੂ ਗੈਟ ਦ ਸਕੋਰ। ਥੈਂਕ ਯੂ ਸੋ ਮੱਚ। ਗੱਲਬਾਤ ਕੀਤੀ ਹੈ ਮੈਡਮ ਰੋਮਾ ਦੇ ਨਾਲ, ਜਿਨ੍ਹਾਂ ਨੇ ਕਲੀਅਰ ਤਰੀਕਾ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਸਾਨੀ ਦੇ ਨਾਲ ਆਈਲੈਟਸ ਕਰ ਸਕਦੇ ਹਾਂ ਅਤੇ ਬਾਹਰ ਜਾ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਗਲਤ ਦਿਸ਼ਾ ਵਿੱਚ ਜਲਦੀ ਤੁਰ ਜਾਂਦੇ ਨੇ, ਪੈਸਾ ਖਰਚ ਕੇ ਚਾਹੁੰਦੇ ਨੇ ਕਿ ਅਸੀਂ ਬਾਹਰ ਨਿਕਲ ਜਾਈਏ ਅਤੇ ਕਿਸੇ ਤਰੀਕੇ ਅਸੀਂ ਕਲੀਅਰ ਕਰ ਲਈਏ ਹਰ ਜਿਹੜਾ ਕੋਰਸ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਨੌਜਵਾਨ ਫਸਦੇ ਨਜ਼ਰ ਆਉਂਦੇ ਨੇ। ਇਹ ਕਿਤਾਬ ਦੇ ਜ਼ਰੀਏ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਉਹ ਬਿਲਕੁਲ ਕਲੀਅਰ ਤਰੀਕੇ ਦੇ ਨਾਲ ਅਗਾਂਹ ਨਿਕਲ ਸਕਦੇ ਨੇ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।